ਬਠਿੰਡਾ ਦੇ ਵਿੱਚ ਹੋਮਗਾਰਡ ਦੇ ਜਵਾਨ ਨੂੰ ਮਾਰੀ ਟੱਕਰ ਸਕੁਆਡਾ ਕਾਰ ਨੇ। ਹਰਿਆਣਾ ਨੰਬਰ ਦੀ ਗੱਡੀ ਦੇ ਵਿੱਚ ਦੱਸੇ ਜਾ ਰਹੇ ਨੇ ਪੰਜ ਲੋਕ ਸਵਾਰ। ਜ਼ਖਮੀ ਹੋਮਗਾਰਡ ਦੇ ਜਵਾਨ ਨੂੰ ਭਰਤੀ ਕਰਵਾਇਆ ਗਿਆ ਹਸਪਤਾਲ ਵਿਖੇ। ਗੁੰਡਾਗਰਦੀ ਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਬੀਤੀ ਰਾਤ ਬਠਿੰਡਾ ਦੇ ਵਿੱਚ ਇੱਕ ਹੋਮਗਾਰਡ ਦੇ ਜਵਾਨ ਨੂੰ ਪੰਜ ਕਾਰ ਸਵਾਰ ਕੁਚਲ ਦਿੰਦੇ ਨੇ ਤੇ ਉਸ ਤੋਂ ਬਾਅਦ SLR ਲੈ ਕੇ ਫਰਾਰ ਹੋ ਜਾਂਦੇ ਨੇ। ਘਟਨਾ ਥਾਣਾ ਕੈਂਟ ਦੀ ਹੈ ਜਿੱਥੇ ਪੁਲਿਸ ਨੂੰ ਜਦੋਂ ਇਹ ਸਾਰੀ ਦੀ ਸਾਰੀ ਘਟਨਾ ਦਾ ਪਤਾ ਲੱਗਦਾ ਹੈ ਤਾਂ ਉਹ ਇਸ ਗੱਡੀ ਨੂੰ ਸਕੁਆਡਾ ਕਾਰ ਨੂੰ ਰੋਕਣ ਦੀ ਕੋਸ਼ਿਸ਼ਾਂ ਕਰਦੇ ਨੇ। ਸਾਰੇ ਐਂਟਰੀ ਪੁਆਇੰਟਸ 'ਤੇ ਨਾਕਾਬੰਦੀ ਕਰ ਦਿੰਦੇ ਨੇ ਤਾਂ ਮਾੜੇ ਅਨਸਰਾਂ ਦੀ ਜਿਹੜੀ ਹੱਥੋਂ ਪਾਈ ਹੈ ਉਹ ਸੰਤਰੀ ਦੇ ਨਾਲ ਵੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਅਤੇ ਪੁਲਿਸ ਇੱਕ ਵਾਰ ਫਿਰ ਤੋਂ ਹੱਥ ਮਲਦੀ ਹੋਈ ਨਜ਼ਰ ਆਉਂਦੀ ਹੈ ਅਤੇ ਦੂਜੇ ਪਾਸੇ ਜਿਹੜੇ ਹੋਮਗਾਰਡ ਦੇ ਜਵਾਨ ਨੂੰ ਜ਼ਖਮੀ ਕਰ ਦਿੱਤਾ ਗਿਆ ਟੱਕਰ ਮਾਰ ਕੇ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਬਹੁਤ ਸਭ ਦੂਰ ਹੋ ਗਏ, ਰਿਸ਼ਤਾ ਦੂਰ ਹੋ ਗਏ। ਉਹ ਕਹਿੰਦੇ ਸਰਕਾਰ ਤੁਹਾਡਾ ਇੰਨਾ ਤੁਸੀਂ ਬੈਨੀਫਿਟ ਤੁਹਾਨੂੰ ਮਿਲ ਜਾਂਦਾ, ਤੁਸੀਂ ਕਰ ਕੇ ਸੀ। ਹਰੇਕ ਮੰਤਰੀ ਨੂੰ 5 ਸਾਲ ਤੁਹਾਨੂੰ ਪੈਨਸ਼ਨ ਆਉਂਦੀ ਹੈ, 5 ਸਾਲ ਫਿਰ ਉਹ ਮੰਤਰੀ ਖੜਾ ਜਾਂਦਾ, ਫਿਰ ਉਹਨਾਂ ਨੂੰ ਪੈਨਸ਼ਨ ਆਉਂਦੀ ਹੈ, ਫਿਰ MLA ਬਣ ਜਾਂਦਾ, ਸਰਪੰਚ ਮੰਤਰੀ ਬਣ ਜਾਂਦਾ ਜੀ, ਪਰ 5-5 ਸਾਲ ਕਿ ਤੁਹਾਡੇ 58 ਸਾਲ ਹੋਮ ਗਾਰਡ ਨੌਕਰੀ ਕਰਨ ਦੇ ਬਾਅਦ ਮਨ ਕਿੰਨਾ ਦੁਖੀ ਹੁੰਦਾ ਕਿ ਇੰਨੀ ਇੰਨੀ ਡਿਊਟੀ ਕਰਕੇ ਵੀ ਨਿਰਾਸ਼ਾ ਪੱਲੇ, ਜਿਵੇਂ ਤੁਸੀਂ ਭਾਵੁਕ ਹੋ ਰਹੇ ਹੋ, ਰੋਂਦੇ ਨਜ਼ਰ ਆ ਰਹੇ ਹੋ। ਸਰ ਮੰਤਰੀ ਤੁਹਾਨੂੰ ਪਹਿਲੇ ਤੁਹਾਡੇ ਮਤਾਈ ਮਾਰ ਲਾ ਕੰਮ ਲੱਗਾ ਜੀ, ਸਾਡੇ ਸਰਕਾਰਾਂ ਕਰਦੀਆਂ ਨੇ, ਅਤੇ ਕੋਈ ਸਾਰਾ ਨਹੀਂ ਕਿਸੇ, ਨਾ ਕੋਈ ਮੈਡੀਕਲ, ਨਾ ਕੋਈ ਬੈਨੀਫਿਟ, ਕੁਛ ਨਹੀਂ। ਅਸੀਂ ਸਰਕਾਰ ਹੱਥੇ ਨਹੀਂ ਕੋਈ ਦਵਾਈ ਪੀਣਾ, ਸਾਡੀ ਤਾਂ ਹੀ ਪਰਚੀ ਕੱਟਦੇ ਜੀ, ਹਰ ਚੀਜ਼ ਦੇ ਪੈਸੇ ਲੈਂਦੇ ਸਾਡੇ। ਪਰ ਤੁਸੀਂ ਤਾਂ ਬਹਾਦਰ ਹੋ, ਮੁਕਾਬਲਾ ਤਾਂ ਦਰਿੰਦਰ ਸਿੰਘ ਨਾਲ ਕੀਤਾ, ਤੁਹਾਨੂੰ ਮਾਰ ਦੋ ਜੀ ਆਪਣੇ ਆਪ ਦੇ। ਸਰ ਮੈਂ ਹੈ ਕਿ ਨਹੀਂ ਹੈ ਪੂਰਾ ਸਰ ਮਾਨ ਹੈ, ਫਿਰ ਭਾਵ ਕਿਉਂ ਰਹੇ ਹੋ? ਭਾਵ ਸਰ ਐਸੇ ਕਿ ਸਰਕਾਰ ਵੱਲੋਂ ਭਾਵ ਕਰ ਰਹੇ, ਸਭ ਤੋਂ ਗੱਲ ਹੈ। ਅੱਜ ਮੇਰੀ ਡੈਥ ਹੋ ਜਾਂਦੀ ਸਰ, ਮੇਰੀ ਕਦਰ ਕੋਈ ਬੈਨੀਫਿਟ ਨਹੀਂ ਸੀ ਸਰ। ਬਠਿੰਡਾ ਤੋਂ ਜੁਗਸੀਰ ਭੁੱਲਰ ਦੇ ਨਾਲ ਚੜ੍ਹਦੀ ਕਲਾ ਟਾਈਮ TV ਬਿਊਰੋ ਰਿਪੋਰਟ।